ਪੰਜਾਬ ਦੇ ਜਲੰਧਰ ਵਿੱਚ ਇੱਕ ਫੈਕਟਰੀ ਮਾਲਕ ਨੂੰ ਕੁਖਿਆਤ ਗੈਂਗਸਟਰ ਲਾਰੈਂਸ ਮਿਸ਼ਨੋਈ ਵੱਲੋਂ ਧਮਕੀ ਮਿਲੀ ਹੈ ਦੁਬਈ ਦੇ ਨੰਬਰ ਤੋਂ ਵਟਸਐਪ ਕਾਲ ਕਰਕੇ ਆਰਤੀ ਨੂੰ ਧਮਕਾਇਆ ਗਿਆ ਹੈ ਕਾਲ ਕਰਨ ਵਾਲੇ ਨੇ ਕਿਹਾ ਕਿ ਸਾਡੇ ਕੋਲ ਲਾਰੈਂਸ ਪਾਈ ਦਾ ਮੈਸੇਜ ਹੈ ਅਸੀਂ 6 ਮਹੀਨੇ ਤੋਂ ਤੁਹਾਡੀ ਰੇਕੀ ਕਰ ਰਹੇ ਹਾਂ ਤੇ ਪਿਸਤੌਲ ਦੀ ਗੋਲੀ ਤੇ ਤੁਹਾਡਾ ਨਾਂ ਵੀ ਲਿਖ ਦਿੱਤਾ ਹੈ ਉਹਨਾਂ ਨੇ ਕਿਹਾ ਕਿ 25 ਲੱਖ ਰੁਪਏ ਤਿਆਰ ਰੱਖੋ ਨਹੀਂ ਤੇ ਗੋਲੀ ਖਾਣ ਨੂੰ ਤਿਆਰ ਰਹੋ ਫੋਨ ਕਰਨ ਵਾਲੇ ਇਸ ਨੌਜਵਾਨ ਨੇ ਉਸ ਤੋਂ ਬਾਅਦ ਰਾਮ ਰਾਮ ਬੋਲ ਕੇ ਫੋਨ ਕੱਟ ਦਿੱਤਾ ਉਸ ਤੋਂ ਬਾਅਦ ਫੈਕਟਰੀ ਮਾਲਕ ਨੇ ਤੁਰੰਤ ਇਸ ਦੀ ਸ਼ਿਕਾਇਤ ਫਲੋਰ ਥਾਣੇ ਵਿੱਚ ਕੀਤੀ ਜਿਸ ਤੋਂ ਬਾਅਦ ਫਲੋਰ ਦੇ ਡੀਐਸਪੀ ਸੁਰਨਜੀਤ ਸਿੰਘ ਨੇ ਮਾਮਲੇ ਦੀ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ ਪੁਲਿਸ ਨੂੰ ਆਪਣੀ ਸ਼ਿਕਾਇਤ ਵਿੱਚ ਇਸ ਕਾਰੋਬਾਰੀ ਸਚਿਨ ਅਗਰਵਾਲ ਨੇ ਦੱਸਿਆ ਹੈ ਕਿ ਉਹਨਾਂ ਦੀ ਸਫਾਬਾਦ ਦੇ ਵਿੱਚ ਪਰਫेक्ट ਫੈਕਟਰੀ ਹੈ ਲੁਧਿਆਣਾ ਦੇ ਵਿੱਚ ਕਮਰਸ਼ੀਅਲ ਕੰਪਿਊਟਰ ਵੇਵ ਬ੍ਰਿਜ ਔਰ ਫਲੋਰ ਦੇ ਵਿੱਚ ਅਨਾਜ ਮੰਡੀ ਵਿੱਚ ਉਹਨਾਂ ਦੀ ਅੱਧ ਦੀ ਦੁਕਾਨ ਹੈ 21 ਜੁਲਾਈ ਨੂੰ ਗਾਮ ਸਫਾਬਾਦ ਆਪਣੀ ਫੈਕਟਰੀ ਵਿੱਚ ਜਦੋਂ ਸੀਗੇ ਉਸ ਵਕਤ ਸ਼ਾਮ ਨੂੰ ਕਰੀਬ 4 ਵਜੇ ਇੱਕ ਵਿਦੇਸ਼ੀ ਨੰਬਰ ਤੋਂ ਵਟਸਐਪ ਕਾਲ ਆਈ ਜਿਸ ਨੂੰ ਉਹ ਨੈਟਵਰਕ ਦੀ ਸਮੱਸਿਆ ਕਾਰਨ ਪਹਿਲੀ ਵਾਰ ਨਹੀਂ ਸੁਣ ਸਕੇ ਉਸ ਤੋਂ ਬਾਅਦ ਤਿੰਨ ਮਿਸ ਕਾਲ ਹੋਈਆਂ ਚੌਥੀ ਕਾਲ ਜਦੋਂ ਉਹਨਾਂ ਨੇ ਚੱਕੀ ਤੇ ਉਹਨਾਂ ਨੂੰ ਧਮਕੀ ਦਿੱਤੀ ਗਈ ਜੇ ਉਹਨਾਂ ਨੇ 25 ਲੱਖ ਰੁਪਏ ਨਹੀਂ ਦਿੱਤੇ ਤੇ ਉਹਨਾਂ ਨੂੰ ਗੋਲੀ ਮਾਰ ਦਿੱਤੀ ਜਾਵੇਗੀ ਕਾਲ ਕਰਨ ਵਾਲੇ ਨੇ ਕਿਹਾ ਕਿ ਕਾਰੋਬਾਰੀ ਨੂੰ ਧਮਕੀ ਦੇਂਦੇ ਉਸ ਨੌਜਵਾਨ ਨੇ ਕਿਹਾ ਕਿ ਤੁਸੀਂ ਸਚੇਨ ਅਗਰਵਾਲ ਹੋ ਲਾਰੈਂਸ ਬਿਸ਼ਨੋਈ ਦਾ ਮੈਸੇਜ ਆਇਆ ਹੈ ਤੇ ਇਸ ਕਰਕੇ 25 ਲੱਖ ਰੁਪਏ ਤਿਆਰ ਰੱਖੋ ਉਸਨੇ ਇਹ ਵੀ ਕਿਹਾ ਕਿ ਉਹ 6 ਮਹੀਨੋਂ ਤੋਂ ਉਹਨਾਂ ਦੀ ਰੇਕੀ ਕਰ ਰਿਹਾ ਹੈ ਅਤੇ ਉਹਨੂੰ ਇਹ ਵੀ ਪਤਾ ਹੈ ਕਿ ਉਹਨਾਂ ਦੀ ਬਰਫ ਦੀ ਫੈਕਟਰੀ ਕਿੱਥੇ ਹੈ ਤੇ ਹਾਈਵੇ ਤੇ ਕਾਂਟਾ ਕਿੱਥੇ ਹੈ। ਉਸਨੇ ਇਹ ਵੀ ਕਿਹਾ ਕਿ ਜ਼ਿਆਦਾ ਹੁਸ਼ਿਆਰ ਹੋਣ ਦੀ ਜ਼ਰੂਰਤ ਨਹੀਂ ਹੈ, ਗੋਲੀ ਤੁਹਾਡੇ ਵਾਸਤੇ ਤਿਆਰ ਹੈ। 25 ਲੱਖ ਰੁਪਏ ਤਿਆਰ ਕਰਾ ਕੇ ਰੱਖੋ ਤੇ ਰਾਮ-ਰਾਮ ਕਰਕੇ ਉਸਨੇ ਫੋਨ ਕੱਟ ਦਿੱਤਾ। ਪੀੜਤ ਕਾਰੋਬਾਰੀ ਨੇ ਇਸ ਮਾਮਲੇ ਦੇ ਵਿੱਚ ਸ਼ਿਕਾਇਤ ਥਾਣਾ ਫਲੋਰ ਨੂੰ ਦਿੱਤੀ ਹੈ। ਮੰਗਲਵਾਰ ਨੂੰ ਹਰਤੇ ਨੇ ਸ਼ਿਕਾਇਤ ਡੀਐਸਪੀ ਫਲੋਰ ਸੋਰਨਜੀਤ ਸਿੰਘ ਨੂੰ ਦਿੱਤੀ ਉਸ ਤੋਂ ਬਾਅਦ ਪੁਲਿਸ ਨੇ ਹੁਣ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਐਸਐਚਓ ਸੁਖਦੇਵ ਸਿੰਘ ਦਾ ਕਹਿਣਾ ਹੈ ਕਿ ਮਾਮਲੇ ਦੀ ਸ਼ਿਕਾਇਤ ਦੇ ਆਧਾਰ ਦੇ ਉੱਤੇ ਕਾਰਵਾਈ ਕੀਤੀ ਜਾ ਰਹੀ ਹੈ ਤੇ આરોપી ਨੂੰ ਛੇਤੀ ਹੀ ਟਰੇਸ ਕਰਕੇ ਉਹਨੂੰ ਗ੍ਰਿਫਤਾਰ ਕੀਤਾ ਜਾਏਗਾ ਲਾਰੈਂਸ ਦੇ ਨਾਂ ਤੋਂ ਤਮਕੀਦਾਂ ਕਾਰੋਬਾਰੀਆਂ ਵਿੱਚ ਬੇहद دہشت ਹੈ ਇਸ ਦੀ ਵਜ੍ਹਾ ਇਹ ਹੈ ਕਿ ਲਾਰੈਂਸ ਭਲੇ ਹੀ ਜੇਲ੍ਹ ਦੇ ਵਿੱਚ ਬੰਦ ਹੈ ਪਰ ਉਸ ਦਾ ਨੈਟਵਰਕ ਕੰਮ ਕਰ ਰਿਹਾ ਹੈ हाल ही ਵਿੱਚ ਉਸਨੇ ਮੀਡੀਆ ਚੈਨਲਸ ਨੂੰ ਇੰਟਰਵਿਊ ਵੀ ਦਿੱਤੇ ਨੇ ਹਾਲਾਂਕਿ ਪੁਲਿਸ ਅਜੇ ਤੱਕ ਵੀ ਪਤਾ ਨਹੀਂ ਕਰ ਸਕੀ ਕਿ ਇਹ ਇੰਟਰਵਿਊ ਕਿੱਥੇ ਹੋਏ ਸੀ ਤੇ ਕਿਹverlet ਤੇ ਗਏ ਇਸ ਵਕਤ ਗੁਜਰਾਤ ਦੀ ਅਹਮਦਾਬਾਦ ਦੀ ਸਾਬਰਮਤੀ ਜੇਲ੍ਹ ਦੇ ਵਿੱਚ ਲਾਰੈਂਸ ਬੁਸ਼noi ਬੰਦ ਹੈ ਉੱਥੇ ਉਸਨੇ ਕੁખ્યાਤ ਪਾਕਿਸਤਾਨੀ ਡਾਨ ਸ਼ਹਿਜ਼ਾਦ ਪੱਟੀ ਦੇ ਨਾਲ ਗੱਲਬਾਤ ਕੀਤੀ ਸੀ ਤੇ ਉਸ ਨੂੰ Eid ਦੀ ਵਧਾਈ ਦਿੱਤੀ ਸੀ